ਅਜੀਤ ਵੈੱਬ ਟੀ ਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸਵਰਨ ਸਿੰਘ ਟੈਣ। ਹਾਜ਼ਰਾਂ ਹਫ਼ਤਾਵਾਰੀ ਪ੍ਰੋਗਰਾਮ ਮਨੋਰੰਜਕ ਦੁਨੀਆ ਲੈ ਕੇ। ਜਦੋਂ ਸੰਗੀਤ ਖੇਤਰ ਦੇ ਨਾਲ ਬਾਲੀਵੁੱਡ, ਪੋਲੀਵੁੱਡ ਜਾਂ ਕਿਸੇ ਵੀ ਹੋਰ ਖੇਤਰ ਦੇ ਨਾਲ ਉੱਚੇ ਕੱਦ ਵਾਲੀ ਸ਼ਖਸੀਅਤ ਇਸ ਦੁਨੀਆ ਨੂੰ ਅਲਵਿਦਾ ਆਖਦੀ ਹੈ ਤਾਂ ਮਨ ਦੇ ਵਿੱਚੋਂ ਇੱਕ ਚੀਜ਼ ਜ਼ਰੂਰ ਨਿਕਲਦੀ ਹੈ ਕਿ ਕੁਦਰਤ ਨੂੰ ਇੰਨੀ ਜਲਦੀ ਕਹਿਰ ਕਮਾਉਣ ਦੀ ਲੋੜ ਕੀ ਸੀ। ਇਸੇ ਤਰ੍ਹਾਂ ਦੀ ਇੱਕ ਚੀਜ਼ ਪਿਛਲੇ ਦਿਨੀ ਨਿਕਲੀ ਹੈ। ਕਾਰਨ ਇਹ ਹੈ ਕਿ ਲਗਾਨ ਫਿਲਮ ਦੇ ਵਿੱਚ ਗੁਰਨ ਬਾਬਾ ਦਾ ਕਿਰਦਾਰ ਨਿਭਾ ਕੇ ਬੱਲੇ ਬੱਲੇ ਖੱਟਣ ਵਾਲੇ ਅਦਾਕਾਰ ਰਾਜੇਸ਼ ਵਿਵੇਕ ਉਪਾਧਿਆਏ 66 ਸਾਲ ਦੀ ਉਮਰ ਦੇ ਵਿੱਚ ਸਾਨੂੰ ਅਲਵਿਦਾ ਕਹਿ ਗਏ ਨੇ। ਰਾਜੇਸ਼ ਵਿਵੇਕ ਉਪਾਧਿਆਏ ਵਰਗੇ ਕਲਾਕਾਰਾਂ ਦਾ ਨਾਮ ਬੇਸ਼ੱਕ ਬਹੁਗਿਣਤੀ ਦਰਸ਼ਕ ਨਹੀਂ ਜਾਣਦੇ ਕਿਉਂਕਿ ਇਹ ਸਹਾਇਕ ਰੋਲ ਦੇ ਰੂਪ ਵਿੱਚ ਹੁੰਦੇ ਨੇ, ਪਰ ਫਿਰ ਵੀ ਕਈ ਵਾਰ ਇਹਨਾਂ ਵੱਲੋਂ ਅਜਿਹੀ ਅਦਾਕਾਰੀ ਕੀਤੀ ਜਾਂਦੀ ਹੈ ਕਿ ਸਭ ਦਾ ਧਿਆਨ ਆਪਣੇ ਵੱਲ ਖਿੱਚ ਲੈਂਦੇ ਨੇ। ਇੱਥੇ ਵੀ ਦੱਸਣਾ ਬਣਦਾ ਹੈ ਕਿ ਉਪਾਧਿਆਏ ਜੀ ਨੇ ਜ਼ਿੰਦਗੀ ਦੇ ਵਿੱਚ ਘੱਟ ਫਿਲਮਾਂ ਕੀਤੀਆਂ ਪਰ ਚੰਗੀਆਂ ਕੀਤੀਆਂ। ਉਹਨਾਂ ਦੇ ਵੱਲੋਂ ਮੁਝਸੇ ਸ਼ਾਦੀ ਕਰੋਗੀ, ਬੰਟੀ ਔਰ ਬਬਲੀ, ਲਗਾਨ, ਸਵਦੇਸ਼ ਸਮੇਤ ਕਈ ਹੋਰ ਫਿਲਮਾਂ ਦੇ ਵਿੱਚ ਬਾਕਮਾਲ ਅਦਾਕਾਰੀ ਕੀਤੀ ਗਈ। ਉਹਨਾਂ ਨੂੰ ਦਿਲ ਦਾ ਦੌਰਾ ਪਿਆ। ਹੈਦਰਾਬਾਦ ਦੇ ਵਿੱਚ ਉਹ ਇੱਕ ਦੱਖਣ ਭਾਰਤ ਦੀ ਫਿਲਮ ਦੇ ਵਿੱਚ ਸ਼ੂਟਿੰਗ ਕਰ ਰਹੇ ਸਨ। ਉੱਥੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਅਤੇ ਉਹ ਇਸ ਦੁਨੀਆ ਨੂੰ ਸ਼ੁੱਕਰਵਾਰ ਦੀ ਸਵੇਰ ਵੇਲੇ ਅਲਵਿਦਾ ਕਹਿ ਗਏ ਨੇ। ਇੱਥੇ ਵੀ ਦੱਸਣਾ ਬਣਦਾ ਹੈ ਕਿ ਉਹਨਾਂ ਨੇ ਇਹੋ ਜਿਹੇ ਜੀਵੰਤ ਕਿਰਦਾਰ ਨਿਭਾਏ ਜਿਨ੍ਹਾਂ ਦੀ ਭੂਮਿਕਾ ਬੇਸ਼ੱਕ ਬਹੁਤ ਛੋਟੀ ਸੀ ਫਿਲਮਾਂ ਦੇ ਵਿੱਚ, ਪਰ ਬਾ ਕਮਾਲ ਸੀ, ਸਭ ਦਾ ਧਿਆਨ ਆਪਣੇ ਵੱਲ ਖਿੱਚਣ ਵਾਲੀ ਸੀ। ਉੱਤਰ ਪ੍ਰਦੇਸ਼ ਦੇ ਜੌਨਪੁਰ ਖੇਤਰ ਦੇ ਵਿੱਚ ਉਹ ਪੈਦਾ ਹੋਏ ਸੀ ਅਤੇ ਐੱਮ ਏ ਕਰਨ ਤੋਂ ਬਾਅਦ ਉਹ ਦਿੱਲੀ ਦੇ ਵਿੱਚ ਆ ਗਏ। ਉਹਨਾਂ ਦੇ ਜਾਣ ਤੋਂ ਬਾਅਦ ਸੰਗੀਤਕ ਖੇਤਰ ਅਤੇ ਫਿਲਮੀ ਖੇਤਰ ਨਾਲ ਜੁੜੀਆਂ ਨਾਮਣੇ ਵਾਲੀਆਂ ਹਸਤੀਆਂ ਦੇ ਵੱਲੋਂ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ। ਕਾਮੇਡੀਅਨ ਦੀ ਜ਼ਿੰਦਗੀ ਸੁਖਾਲੀ ਨਹੀਂ ਹੁੰਦੀ। ਬੜੀ ਵਾਰ ਇਹ ਦੇਖਣ ਦੇ ਵਿੱਚ ਆਇਆ ਹੈ ਕਿ ਕਾਮੇਡੀ ਕਲਾਕਾਰ ਖੁਦ ਅੰਦਰੋਂ ਕਿਸੇ ਨਾ ਕਿਸੇ ਕਾਰਨ ਕਰਕੇ ਟੁੱਟੇ ਹੋਏ ਹੁੰਦੇ ਨੇ, ਮਾਯੂਸ ਹੁੰਦੇ ਨੇ, ਪਰ ਉਹ ਦਰਸ਼ਕਾਂ ਨੂੰ ਹਸਾਉਣ ਦੇ ਲਈ ਪੂਰਾ ਵਾਹ ਲਗਾ ਦਿੰਦੇ ਨੇ। ਇਸੇ ਤਰ੍ਹਾਂ ਦਾ ਅਸੀਂ ਇੱਕ ਸ਼ੋਅ ਦੇਖਦੇ ਹਾਂ, ਕਾਮੇਡੀ ਨਾਈਟਸ ਵਿਦ ਕਪਿਲ, ਜਿਸ ਵਿੱਚ ਕੀਕੂ ਵੱਲੋਂ ਇੱਕ ਪਲਕ ਨਾਂ ਦੀ ਔਰਤ ਦਾ ਕਿਰਦਾਰ ਨਿਭਾਇਆ ਜਾਂਦਾ ਹੈ ਅਤੇ ਇਸ ਅਦਾਕਾਰ ਦੇ ਵੱਲੋਂ ਪਿਛਲੇ ਦਿਨੀ ਜੋ ਜੋ ਕੁਝ ਬਿਆਨਬਾਜ਼ੀ ਕੀਤੀ ਗਈ ਜਾਂ ਇਸ ਕਲਾਕਾਰ ਨੂੰ ਪਿਛਲੇ ਦਿਨੀ ਜਿਹੜੇ ਜਿਹੜੇ ਉਤਰਾਅ ਚੜ੍ਹਾਅ ਦੇ ਵਿੱਚੋਂ ਲੰਘਣਾ ਪਿਆ, ਬਹੁਤੇ ਦਰਸ਼ਕ ਇਹਦੇ ਬਾਬਤ ਜਾਣਦੇ ਹੋਣਗੇ। ਇੱਥੇ ਵੀ ਦੱਸਣਾ ਬਣਦਾ ਹੈ ਕਿ ਪਲਕ ਦਾ ਕਿਰਦਾਰ ਨਿਭਾਉਣ ਵਾਲੇ ਇਸ ਅਦਾਕਾਰ ਨੂੰ ਕੈਥਲ ਦੀ ਪੁਲਿਸ ਵੱਲੋਂ ਇਸ ਕਰਕੇ ਗ੍ਰਿਫਤਾਰ ਕੀਤਾ ਗਿਆ ਸੀ ਕਿਉਂਕਿ ਸਿਰਸਾ ਡੇਰਾ ਮੁਖੀ ਦੇ ਪੈਰੋਕਾਰਾਂ ਦੇ ਵੱਲੋਂ ਇਹ ਸ਼ਿਕਾਇਤ ਦਰਜ ਕਰਵਾਈ ਗਈ ਸੀ ਥਾਣੇ ਦੇ ਵਿੱਚ ਕਿ ਇਹਨਾਂ ਵੱਲੋਂ ਪਿਛਲੇ ਦਿਨੀ ਗੁਰਮੀਤ ਰਾਮ ਰਹੀਮ ਸਿੰਘ ਵਰਗੀ ਪੁਸ਼ਾਕ ਪਹਿਨ ਕੇ ਅਤੇ ਉਹਨਾਂ ਦੀ ਪੁਸ਼ਾਕ ਪਹਿਨ ਕੇ ਕੁਝ ਕੁ ਇਹੋ ਜਿਹੀਆਂ ਅਦਾਕਾਰੀਆਂ ਕਰਕੇ ਸਾਡੇ ਮਨਾਂ ਦੇ ਉੱਤੇ ਠੇਸ ਮਾਰੀ ਗਈ ਹੈ ਜਿਸ ਨੂੰ ਬਰਦਾਸ਼ਤ ਕੀਤਾ ਨਹੀਂ ਜਾ ਸਕਦਾ। ਅਤੇ ਜਦੋਂ ਪਲਕ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਤਾਂ ਤੁਰੰਤ ਵਿਰੋਧ ਤਾਂ ਸ਼ੁਰੂ ਹੋ ਗਈ ਅਤੇ ਬੜੇ ਕਲਾਕਾਰਾਂ ਨੇ ਇਸ ਗੱਲ ਦੀ ਵਿਰੋਧ ਤਾਂ ਕੀਤੀ ਕਿ ਕਾਮੇਡੀਅਨ ਦਾ ਕੰਮ ਲੋਕਾਂ ਨੂੰ ਹਸਾਉਣਾ ਹੁੰਦਾ ਹੈ, ਨਾ ਕਿ ਇਹਨਾਂ ਨੂੰ ਕਾਨੂੰਨੀ ਉਲਝਣਾਂ ਦੇ ਵਿੱਚ ਉਲਝਾਉਣਾ ਚਾਹੀਦਾ ਹੈ। ਇਸ ਕਰਕੇ ਥੋੜ੍ਹੇ ਸਮੇਂ ਬਾਅਦ ਡੇਰਾ ਮੁਖੀ ਦੇ ਵੱਲੋਂ ਮੁਆਫ਼ੀ ਦੇਣ ਦੀ ਖਬਰ ਆਈ ਅਤੇ ਉਸ ਤੋਂ ਬਾਅਦ ਕੀਕੂ ਨੂੰ ਜ਼ਮਾਨਤ ਮਿਲ ਗਈ। ਪਰ ਉਸ ਤੋਂ ਬਾਅਦ ਲਗਾਤਾਰ ਹੁਣ ਤੱਕ ਇਸ ਗੱਲ ਦੇ ਉੱਤੇ ਵਿਰੋਧ ਤਾਂ ਜਾਰੀ ਹੈ ਕਿ ਕਿਹੜੀ ਗੱਲੋਂ ਇੱਕ ਕਲਾਕਾਰ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ, ਕੀ ਅਸੀਂ ਕਿਸੇ ਦੀ ਨਕਲ ਭਵਿੱਖ ਦੇ ਵਿੱਚ ਨਹੀਂ ਕਰ ਸਕਾਂਗੇ, ਕੀ ਲੋਕਾਂ ਨੂੰ ਹਸਾਉਣਾ ਇੱਕ ਗੁਨਾਹ ਬਣ ਚੁੱਕਾ ਹੈ ਅਤੇ ਰਿਸ਼ੀ ਕਪੂਰ ਜਿਨ੍ਹਾਂ ਨੂੰ ਅਸੀਂ ਬਾਲੀਵੁੱਡ ਦੇ ਮੰਝੇ ਹੋਏ ਅਦਾਕਾਰ ਦੇ ਰੂਪ ਵਿੱਚ ਜਾਣਦੇ ਹਾਂ, ਉਹਨਾਂ ਨੇ ਤਾਂ ਡੇਰਾ ਮੁਖੀ ਨੂੰ ਸਾਫ਼ ਅਤੇ ਸਪੱਸ਼ਟ ਸ਼ਬਦਾਂ ਦੇ ਵਿੱਚ ਚੁਣੌਤੀ ਦੇ ਦਿੱਤੀ ਹੈ। ਉਹਨਾਂ ਨੇ ਕਿਹਾ ਹੈ ਕਿ ਮੈਂ ਡੇਰਾ ਮੁਖੀ ਦਾ ਕਿਰਦਾਰ ਆਪਣੀ ਅਗਲੀ ਫਿਲਮ ਦੇ ਵਿੱਚ ਨਿਭਾਉਣਾ ਚਾਹਾਂਗਾ, ਜੇਕਰ ਮੈਨੂੰ ਕੋਈ ਗ੍ਰਿਫਤਾਰ ਕਰ ਸਕਦਾ ਹੈ ਤਾਂ ਕਰਕੇ ਦਿਖਾਵੇ। ਅਤੇ ਬਹੁਗਿਣਤੀ ਦਰਸ਼ਕਾਂ ਦਾ ਵੀ ਇਹੀ ਵਿਚਾਰ ਸੀ ਕਿ ਕਲਾਕਾਰ ਆਪਣੀ ਕਲਾ ਦੇ ਨਾਲ ਲੋਕਾਂ ਦਾ ਮਨੋਰੰਜਨ ਕਰਦੇ ਨੇ। ਡੇਰਾ ਮੁਖੀ ਦੀਆਂ ਆਪਣੀਆਂ ਹੁਣ ਤੱਕ 2 ਫਿਲਮਾਂ ਆ ਚੁੱਕੀਆਂ ਨੇ। ਉਹ ਇਸ ਵਕਤ ਖੁਦ ਵੀ ਕਲਾਕਾਰ ਨੇ ਅਤੇ ਕਲਾਕਾਰ ਨੂੰ ਕਲਾਕਾਰ ਦੀ ਭਾਵਨਾ ਸਮਝਣੀ ਚਾਹੀਦੀ ਹੈ। ਹਿੰਦੀ ਸਿਨੇਮਾ ਹੋਵੇ, ਪੰਜਾਬੀ ਹੋਵੇ ਜਾਂ ਕਿਸੇ ਹੋਰ ਜ਼ੁਬਾਨ ਦਾ, ਸਿਨੇਮੇ ਬਾਰੇ ਅਕਸਰ ਇਹ ਧਾਰਨਾ ਪੇਸ਼ ਕੀਤੀ ਗਈ ਹੈ ਕਿ ਇਹਦਾ ਕੰਮ ਸਿਰਫ ਅਤੇ ਸਿਰਫ ਦਰਸ਼ਕਾਂ ਦਾ ਮਨੋਰੰਜਨ ਕਰਨਾ ਹੁੰਦਾ ਹੈ, ਪਰ ਕਈ ਵਾਰ ਇਹੋ ਜਿਹੀਆਂ ਫਿਲਮਾਂ ਵੀ ਰਿਲੀਜ਼ ਹੁੰਦੀਆਂ ਨੇ ਜਿਹੜੀਆਂ ਮਨੋਰੰਜਨ ਦੇ ਨਾਲ ਨਾਲ ਸਿੱਖਿਆਦਾਇਕ ਵੀ ਹੋ ਨਿਬੜਦੀਆਂ ਨੇ। ਕਈ ਫਿਲਮਾਂ ਬੜੀਆਂ ਚੰਗੀਆਂ ਬਣੀਆਂ ਹੁੰਦੀਆਂ ਨੇ, ਉਹਨਾਂ ਦਾ ਵਿਸ਼ਾ ਵਸਤੂ ਬਾ ਕਮਾਲ ਹੁੰਦਾ ਹੈ, ਪਰ ਵੱਟਤ ਦੇ ਪੱਖ ਤੋਂ ਉਹ ਫਿਲਮਾਂ ਪਛੜ ਜਾਂਦੀਆਂ ਨੇ। ਅਤੇ ਕੁਝ ਕੁ ਫਿਲਮਾਂ ਇਹੋ ਜਿਹੀਆਂ ਵੀ ਆਉਂਦੀਆਂ ਨੇ ਜਿਹੜੀਆਂ ਮਨੋਰੰਜਨ ਵੀ ਕਰਦੀਆਂ ਨੇ, ਸੰਦੇਸ਼ ਵੀ ਦਿੰਦੀਆਂ ਨੇ ਅਤੇ ਵੱਟਤ ਵੀ ਖੂਬ ਕਰਦੀਆਂ ਨੇ, ਦਰਸ਼ਕਾਂ ਵੱਲੋਂ ਖੂਬ ਸਲਾਹੀਆਂ ਜਾਂਦੀਆਂ ਨੇ। ਲੰਘੇ ਸ਼ੁੱਕਰਵਾਰ ਇੱਕ ਹਿੰਦੀ ਫਿਲਮ ਰਿਲੀਜ਼ ਹੋਈ ਹੈ ਜਿਸ ਦਾ ਨਾਂ ਹੈ ਚਾਕ ਇਨ ਡਸਟਰ। ਇਸ ਫਿਲਮ ਦੇ ਵਿੱਚ ਜੂਹੀ ਚਾਵਲਾ, ਦਿਵਿਆ ਦੱਤਾ, ਸ਼ਬਾਨਾ ਆਜ਼ਮੀ, ਰਿਸ਼ੀ ਕਪੂਰ ਅਤੇ ਕੁਝ ਕੁ ਹੋਰ ਵਧੀਆ ਕਲਾਕਾਰਾਂ ਨੇ ਕੰਮ ਕੀਤਾ ਹੈ। ਇਸ ਫਿਲਮ ਦੀ ਇਸ ਗੱਲ ਦੇ ਵਿੱਚ ਖੂਬੀ ਹੈ ਕਿ ਇਹ ਸਿੱਖਿਆ ਵਰਗੇ ਵਿਸ਼ੇ ਦੇ ਉੱਤੇ ਆਧਾਰਿਤ ਫਿਲਮ ਹੈ। ਇਸ ਫਿਲਮ ਦੇ ਵਿੱਚ ਸਿੱਖਿਆ ਨੂੰ ਚੁਣੌਤੀਆਂ ਦੀ ਗੱਲ ਪੇਸ਼ ਕੀਤੀ ਗਈ ਹੈ।
ਅਧਿਆਪਨ ਖੇਤਰ ਨਾਲ ਜੁੜੇ ਲੋਕਾਂ ਦੀ ਗੱਲ ਕੀਤੀ ਗਈ ਹੈ ਤੇ ਵਿਦਿਆਰਥੀਆਂ ਦੀ ਮਾਨਸਿਕਤਾ ਦੀ ਗੱਲ ਇਸ ਫਿਲਮ ਦੇ ਜ਼ਰੀਏ ਪੇਸ਼ ਕੀਤੀ ਗਈ ਹੈ। ਇਹ ਇੱਕ ਚਲੰਤ ਵਿਸ਼ੇ ਦੇ ਉੱਤੇ ਫਿਲਮ ਹੈ ਕਿਉਂਕਿ ਸਾਡੇ ਭਾਰਤੀ ਸਮਾਜ ਦੇ ਵਿੱਚ ਅੱਜ ਵਿੱਦਿਆ ਦਾ ਵਪਾਰੀਕਰਨ ਜਿਸ ਕਦਰ ਹੋ ਚੁੱਕਿਆ ਏ, ਇਹਦੇ ਬਾਰੇ ਆਪਾਂ ਸਾਰੇ ਜਾਣਦੇ ਹਾਂ। ਪਰ ਜਿਹੜੇ ਦਰਸ਼ਕ ਇਸ ਫਿਲਮ ਨੂੰ ਦੇਖ ਕੇ ਥੀਏਟਰ ਵਿੱਚੋਂ ਬਾਹਰ ਨਿਕਲੇ ਨੇ, ਉਹਨਾਂ ਵਿੱਚੋਂ ਕਈਆਂ ਦਾ ਕਹਿਣਾ ਹੈ ਕਿ ਫਿਲਮ ਤਾਂ ਠੀਕ ਹੈ ਪਰ ਇਹਦੀ ਪਟਕਥਾ ਕਮਜ਼ੋਰ ਹੈ, ਇਸ ਫਿਲਮ ਦੇ ਵਿੱਚ ਮਨੋਰੰਜਨ ਨਹੀਂ ਹੈ, ਇਸ ਫਿਲਮ ਦੇ ਵਿੱਚ ਓਨੀ ਮਿਹਨਤ ਨਿਰਮਾਤਾ ਦੀ ਨਜ਼ਰ ਨਹੀਂ ਆਉਂਦੀ ਜਾਂ ਨਿਰਦੇਸ਼ਕ ਦੀ ਨਜ਼ਰ ਨਹੀਂ ਆਉਂਦੀ ਜਿੰਨੀ ਕਿ ਆਉਣੀ ਚਾਹੀਦੀ ਹੈ। ਪਰ ਕੁੱਲ ਮਿਲਾ ਕੇ ਇਸ ਗੱਲ ਦੀ ਤਾਰੀਫ ਕਰਨੀ ਚਾਹੀਦੀ ਹੈ ਕਿ ਅੱਜ ਦੇ ਵਪਾਰਕ ਯੁੱਗ ਦੇ ਵਿੱਚ ਸਿੱਖਿਆ ਵਰਗੇ ਮਸਲੇ ਦੇ ਉੱਤੇ ਵੀ ਇੱਕ ਹਿੰਦੀ ਫਿਲਮ ਬਣੀ ਹੈ ਜਿਸ ਨਾਲ ਚੰਗੇ ਨਾਮਵਰ ਕਲਾਕਾਰ ਜੁੜੇ ਨੇ। ਅਕਸ਼ੇ ਕੁਮਾਰ ਨੂੰ ਅਸੀਂ ਬਾਲੀਵੁੱਡ ਦੇ ਸਭ ਤੋਂ ਚੰਗੇ ਕਲਾਕਾਰ ਕਰਕੇ ਇਸ ਕਰਕੇ ਜਾਣਦੇ ਹਾਂ ਕਿਉਂਕਿ ਉਹ ਆਪਣੇ ਸਟੰਟ ਖੁਦ ਕਰਦੇ ਨੇ। ਅਕਸ਼ੇ ਕੁਮਾਰ ਦੇ ਬਾਬਤ ਇੱਕ ਹੋਰ ਵੀ ਗੱਲ ਅੱਜ ਕੱਲ੍ਹ ਬੜੀ ਪ੍ਰਚਲਿਤ ਹੈ ਕਿ ਅਕਸ਼ੇ ਕੁਮਾਰ ਸਾਲ ਦੇ ਵਿੱਚ ਚਾਰ ਚਾਰ ਪੰਜ ਪੰਜ ਫਿਲਮਾਂ ਕਰਨ ਨੂੰ ਗੁਰੇਜ਼ ਨਹੀਂ ਕਰਦੇ ਅਤੇ ਉਹਨਾਂ ਦੀਆਂ ਕਈ ਫਿਲਮਾਂ ਪਰਦੇ ਦੇ ਉੱਤੇ ਆਉਣ ਸਾਰੀ ਲੈ ਜਾਂਦੀਆਂ ਨੇ, ਇਹ ਗੱਲ ਵੱਖਰੀ ਹੈ। ਹੁਣ 22 ਜਨਵਰੀ ਨੂੰ ਰਿਲੀਜ਼ ਹੋਏਗੀ ਅਕਸ਼ੇ ਕੁਮਾਰ ਦੀ ਨਵੀਂ ਫਿਲਮ ਏਅਰਲਿਫਟ। ਪਿਛਲੇ ਕਈ ਦਿਨਾਂ ਤੋਂ ਵੱਖ ਵੱਖ ਟੀਵੀ ਚੈਨਲਾਂ ਦੇ ਸ਼ੋਅਜ਼ ਦੇ ਵਿੱਚ ਜਾ ਕੇ ਅਕਸ਼ੇ ਕੁਮਾਰ ਅਤੇ ਨਮ੍ਰਤਾ ਕੌਰ ਦੇ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਏ। ਇਹ ਫਿਲਮ ਕਿਹੋ ਜਿਹੀ ਹੋਏਗੀ, ਦਰਸ਼ਕਾਂ ਦਾ ਪਿਆਰ ਹਾਸਲ ਕਰੇਗੀ ਜਾਂ ਨਹੀਂ ਕਰੇਗੀ, ਇਹ ਭਵਿੱਖ ਦੇ ਗਰਭ ਦੇ ਵਿੱਚ ਲੁਕੀਆਂ ਹੋਈਆਂ ਗੱਲਾਂ ਨੇ। ਪਰ ਇੱਕ ਗੱਲ ਜ਼ਰੂਰ ਕਹਿਣੀ ਬਣਦੀ ਹੈ ਕਿ ਇਹ ਫਿਲਮ ਇੱਕ ਵੱਖਰੇ ਵਿਸ਼ੇ ਦੇ ਉੱਤੇ ਆਧਾਰਿਤ ਹੈ। ਖਾੜੀ ਯੁੱਧ ਦੇ ਸਮੇਂ ਨੂੰ ਬਿਆਨ ਕੀਤਾ ਗਿਆ ਏ ਇਸ ਫਿਲਮ ਦੇ ਵਿੱਚ। 1990 ਦੇ ਖਾੜੀ ਯੁੱਧ ਦੇ ਨਾਲ ਜੁੜੀ ਹੋਈ ਇੱਕ ਸੱਚੀ ਘਟਨਾ ਦੇ ਉੱਤੇ ਆਧਾਰਿਤ ਇਹ ਫਿਲਮ ਹੈ, ਜਦੋਂ ਸਦਾਮ ਹੁਸੈਨ ਦੇ ਵੱਲੋਂ ਕੁਵੈਤ ਦੇ ਉੱਤੇ ਹਮਲਾ ਕੀਤਾ ਗਿਆ ਸੀ। ਇਸ ਫਿਲਮ ਦੇ ਵਿੱਚ ਅਕਸ਼ੇ ਕੁਮਾਰ ਨੇ ਰਣਜੀਤ ਕਤਿਆਲ ਨਾਂ ਦਾ ਕਿਰਦਾਰ ਨਿਭਾਇਆ ਏ। ਉਹ ਵਿਅਕਤੀ ਕੁਵੈਤ ਦੇ ਵਿੱਚ ਰਹਿੰਦਾ ਏ ਆਪਣੇ ਪਰਿਵਾਰ ਦੇ ਸਮੇਤ, ਪਰ ਜਦੋਂ ਉੱਥੇ ਹਮਲਾ ਹੁੰਦਾ ਏ, ਉੱਥੇ ਮਾਹੌਲ ਖਰਾਬ ਹੋ ਜਾਂਦਾ ਏ, ਤਾਂ 1,70,000 ਭਾਰਤੀਆਂ ਨੂੰ ਵਾਪਸ ਭਾਰਤ ਦੇ ਵਿੱਚ ਠੀਕ ਤਰੀਕੇ ਦੇ ਨਾਲ, ਸਹੀ ਸਲਾਮਤ ਤਰੀਕੇ ਦੇ ਨਾਲ ਵਾਪਸ ਲਿਆਉਣ ਦੇ ਵਿੱਚ ਉਹ ਵਿਅਕਤੀ ਯੋਗਦਾਨ ਪਾਉਂਦਾ ਏ। ਇਸ ਫਿਲਮ ਤੋਂ ਅਕਸ਼ੇ ਕੁਮਾਰ ਨੂੰ ਉਮੀਦਾਂ ਇਸ ਕਰਕੇ ਕਾਫੀ ਨੇ ਕਿਉਂਕਿ ਇਹ ਉਸ ਦੀਆਂ ਪਹਿਲੀਆਂ ਫਿਲਮਾਂ ਨਾਲੋਂ ਵੱਖਰੇ ਵਿਸ਼ੇ ਦੇ ਉੱਤੇ ਆਧਾਰਿਤ ਹੈ। ਵਕਤ ਦੱਸੇਗਾ ਕਿ ਇਸ ਫਿਲਮ ਨੂੰ ਦਰਸ਼ਕਾਂ ਦੇ ਵੱਲੋਂ ਕਿੰਨਾ ਕੁ ਪਿਆਰ ਦਿੱਤਾ ਜਾਂਦਾ ਏ। ਹੁਣ ਗੱਲ ਕਰਦੇ ਹਾਂ ਦੋਸਤੋ ਪੰਜਾਬੀ ਸੰਗੀਤ ਦੀ। ਪਿਛਲੇ ਦਿਨੀ ਇੱਕ ਬੜੀ ਦੁਖਦਾਈ ਖਬਰ ਪ੍ਰਾਪਤ ਹੋਈ ਕਿਉਂਕਿ ਮਸ਼ਹੂਰ ਢਾਡੀ ਜਨਾਬ ਗੁਰਬਖਸ਼ ਸਿੰਘ ਅਲਵੇਲਾ ਜੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਜਦੋਂ ਅਸੀਂ ਨਿੱਕੇ ਨਿੱਕੇ ਸਾਂ, ਉਸ ਵੇਲੇ ਤੋਂ ਉਹਨਾਂ ਦੀਆਂ ਕੈਸਟਾਂ ਸੁਣਦੇ ਆ ਰਹੇ ਸਾਂ। 70-80 ਦੇ ਕਰੀਬ ਉਹਨਾਂ ਦੀਆਂ ਕੈਸਟਾਂ ਮਾਰਕੀਟ ਦੇ ਵਿੱਚ ਆਈਆਂ। ਉਹ ਪਿਛਲੇ ਕੁਝ ਕੁ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਉਹਨਾਂ ਦੇ ਇਲਾਜ ਦੇ ਲਈ ਲੋਕਾਂ ਨੂੰ, ਦਰਸ਼ਕਾਂ ਨੂੰ, ਰਾਜਨੀਤਿਕ ਆਗੂਆਂ ਨੂੰ ਅਪੀਲ ਕੀਤੀ ਗਈ ਸੀ ਆਰਥਿਕ ਮਦਦ ਦੇ ਲਈ, ਅਤੇ ਕੁਝ ਕੁ ਲੋਕਾਂ ਨੇ ਆਰਥਿਕ ਮਦਦ ਕੀਤੀ ਵੀ ਉਹਨਾਂ ਦੇ ਪਰਿਵਾਰ ਦੀ, ਪਰ ਇਹ ਮਦਦ ਉਹਨਾਂ ਦੀ ਜ਼ਿੰਦਗੀ ਦੀ ਤੰਦ ਨੂੰ ਲੰਬਾ ਨਾ ਕਰ ਸਕੀ ਅਤੇ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। PGI ਦੇ ਵਿੱਚ ਉਸ ਵਕਤ ਜਦੋਂ ਉਹਨਾਂ ਦਾ ਇਲਾਜ ਚੱਲ ਰਿਹਾ ਸੀ। ਗੁਰਬਖਸ਼ ਸਿੰਘ ਅਲਵੇਲਾ ਬੇਸ਼ੱਕ ਹੁਣ ਸਾਡੇ ਦਰਮਿਆਨ ਨਹੀਂ ਨੇ, ਪਰ ਜਿਹੜੇ ਜਿਹੜੇ ਦਰਸ਼ਕਾਂ ਨੇ ਉਹਨਾਂ ਦੀ ਬੁਲੰਦ ਆਵਾਜ਼ ਦੇ ਵਿੱਚ ਢਾਡੀ ਰੰਗ ਸੁਣਿਆ ਏ, ਜਿਹੜੇ ਜਿਹੜੇ ਲੋਕਾਂ ਨੇ ਉਹਨਾਂ ਦਾ ਇਹ ਰੰਗ ਮਾਣਿਆ ਏ, ਉਹ ਜਾਣਦੇ ਨੇ ਕਿ ਅਲਵੇਲਾ ਜੀ ਸੱਚੀ ਮੁੱਚੀ ਅਲਬੇਲੀ ਸ਼ਖਸੀਅਤ ਦੇ ਮਾਲਕ ਸਨ। ਉਹ ਸਿੱਖ ਇਤਿਹਾਸ ਦੇ ਨਾਲ ਜੁੜੇ ਹੋਏ ਪ੍ਰਸੰਗਾਂ ਨੂੰ ਤਾਂ ਬਾਕਮਾਲ ਪੇਸ਼ ਕਰਦੇ ਹੀ ਸਨ। ਉਹਨਾਂ ਦੇ ਵੱਲੋਂ ਕਈ ਗੀਤ ਇਹੋ ਜਿਹੇ ਲਿਖੇ ਗਏ ਜਿਹੜੇ ਸੁਪਰ ਡੁਪਰ ਹਿੱਟ ਹੋਏ। ਗੱਲ ਬੇਸ਼ੱਕ ਸਵਰਗਵਾਸੀ ਨਛੱਤਰ ਛੱਤਾ ਦੀ ਕਰੀਏ, ਧਰਮਪ੍ਰੀਤ ਦੀ ਕਰੀਏ, ਹਰਦੇ ਮਾਹੀ ਨੰਗਲ ਦੀ ਕਰੀਏ ਜਾਂ ਬਲਕਾਰ ਸਿੱਧੂ ਦੀ, ਬਹੁਤ ਸਾਰੇ ਹੋਰ ਕਲਾਕਾਰਾਂ ਨੇ ਵੀ ਉਹਨਾਂ ਦੇ ਦਰਜਨਾ ਗੀਤ ਆਪਣੀ ਆਵਾਜ਼ ਦੇ ਵਿੱਚ ਪੇਸ਼ ਕੀਤੇ। ਪੰਜਾਬੀ ਗਾਇਕੀ ਨੂੰ ਜਿਹੜੀਆਂ ਜਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਏ, ਇਹ ਆਪਾਂ ਸਾਰੇ ਜਾਣਦੇ ਹਾਂ। ਪਰ ਬਹੁਤ ਸਾਰੀਆਂ ਚੁਣੌਤੀਆਂ ਇਹੋ ਜਿਹੀਆਂ ਨੇ ਜਿਹੜੀਆਂ ਸਾਡੇ ਕਲਾਕਾਰ ਭਾਈਚਾਰੇ ਦੇ ਵੱਲੋਂ ਖੁਦ ਸਹੇੜੀਆਂ ਗਈਆਂ ਨੇ। ਜਦੋਂ ਅਸੀਂ ਸੋਚ ਕੇ ਪੈਸਾ ਖਰਚ ਨਾ ਕਰਾਂਗੇ, ਜਦੋਂ ਅਸੀਂ ਵਿਸ਼ੇ ਦੀ ਪਰਖ ਨਾ ਕਰਾਂਗੇ ਅਤੇ ਇਸ ਗੱਲ ਦੀ ਪਰਖ ਨਾ ਕਰਾਂਗੇ ਕਿ ਕੀ ਦਰਸ਼ਕ ਦੀ ਕਸਵੱਟੀ ਉੱਤੇ ਮੇਰੇ ਬੋਲ ਇਹ ਖਰੇ ਉਤਰਨਗੇ ਜਾਂ ਨਹੀਂ, ਤਾਂ ਫਿਰ ਬੈਕ ਗੇਅਰ ਪੈਣਾ ਕੁਦਰਤੀ ਹੈ। ਪਿਛਲੇ ਦਿਨੀ ਇੱਕ ਕਲਾਕਾਰ ਦਾ ਗੀਤ ਸੁਣਿਆ, ਸੁਣ ਕੇ ਸ਼ਰਮ ਵੀ ਆਈ ਕਿ ਸਾਡੇ ਕਲਾਕਾਰ ਭਾਈਚਾਰੇ ਦੇ ਵੱਲੋਂ ਗਾਇਕੀ ਦੇ ਨਾਂ ਦੇ ਉੱਤੇ, ਜੱਟਵਾਦ ਦੇ ਨਾਂ ਦੇ ਉੱਤੇ ਕੀ ਕੁਝ ਪੇਸ਼ ਕੀਤਾ ਜਾ ਰਿਹਾ ਏ। ਪਹਿਲਾਂ ਤਾਂ ਇਹ ਦੱਸਣਾ ਬਣਦਾ ਏ ਕਿ ਲਗਭਗ ਹਰ ਰੋਜ਼ ਦੀਆਂ ਅਖਬਾਰਾਂ ਦੇ ਵਿੱਚ ਇਹ ਖਬਰਾਂ ਹੁੰਦੀਆਂ ਨੇ ਕਿ ਜੱਟ ਭਾਈਚਾਰੇ ਦੇ ਵੱਲੋਂ ਕਿਸਾਨ ਵਰਗ ਦੇ ਵੱਲੋਂ ਖੁਦਕੁਸ਼ੀ ਕੀਤੀ ਜਾ ਰਹੀ ਹੈ, ਫਲਾਣੀ ਥਾਂ ਦੇ ਉੱਤੇ ਇੰਨੇ ਕਰਜ਼ੇ ਵਾਲੇ ਕਿਸਾਨ ਨੇ ਖੁਦਕੁਸ਼ੀ ਕੀਤੀ ਹੈ ਅਤੇ ਫਲਾਣੀ ਥਾਂ ਦੇ ਉੱਤੇ ਇੰਨੇ ਕਰਜ਼ੇ ਵਾਲੇ ਕਿਸਾਨ ਨੇ ਫਾਹਾ ਲੈ ਕੇ ਆਪਣੀ ਜ਼ਿੰਦਗੀ ਨੂੰ ਖਤਮ ਕਰ ਲਿਆ। ਪਰ ਕਲਾਕਾਰਾਂ ਦੇ ਵੱਲੋਂ ਸਮੇਂ ਦਾ ਸੱਚ ਬਿਆਨ ਕਰਨ ਦੀ ਥਾਂ ਦੇ ਉੱਤੇ ਜੱਟ ਵਰਗ ਨੂੰ, ਕਿਸਾਨ ਵਰਗ ਨੂੰ ਬੇਲੋੜੀ ਫੂਕ ਛਕਾਈ ਜਾ ਰਹੀ ਹੈ ਜਿਹੜੀ ਕਿ ਹਕੀਕਤ ਤੋਂ ਬਿਲਕੁਲ ਉਲਟ ਹੈ। ਕਲਾਕਾਰ ਨੇ ਗੀਤ ਦੀ ਪੇਸ਼ਕਾਰੀ ਜੋ ਕੀਤੀ ਹੈ, ਉਸ ਦੇ ਬੋਲ ਨੇ ਗੈਰਾਂ ਨਾਲ ਲੱਗੀਆਂ ਦੇ ਭੇਦ ਖੁੱਲ੍ਹ ਗਏ, ਜੱਟ ਅਣਖੀ ਨੇ ਚੌਂਕ 'ਚ ਮਸ਼ੂਕ ਮਾਰਤੀ। ਇਹੋ ਜਿਹੇ ਗੀਤ ਸਾਡੇ ਸਮਾਜ ਨੂੰ ਨਹੀਂ ਚਾਹੀਦੇ,
ਇਹੋ ਜਿਹੇ ਗੀਤਾਂ ਦੀ ਸਾਡੇ ਸਮਾਜ ਨੂੰ ਕਿਸੇ ਕਿਸਮ ਦੀ ਲੋੜ ਨਹੀਂ ਹੈ। ਇਹੋ ਜਿਹੇ ਗੀਤਾਂ ਦੇ ਜ਼ਰੀਏ ਭੜਕੀ ਹੋਈ ਨੌਜਵਾਨ ਪੀੜ੍ਹੀ ਨੂੰ ਹੋਰ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਚਾਹੀਦਾ ਤਾਂ ਇਹ ਹੈ ਕਿ ਸਾਡੇ ਸਮਾਜ ਦੇ ਸੂਝਵਾਨ ਲੋਕ ਇਹੋ ਜਿਹੇ ਗੀਤਾਂ ਦੀ ਵਿਰੋਧਤਾ ਕਰਨ, ਸਾਡੇ ਸੱਭਿਆਚਾਰਕ ਵਿਭਾਗ ਦੇ ਵੱਲੋਂ ਇਹਨਾਂ ਗੀਤਾਂ ਦੀ ਖਿਲਾਫਤ ਕੀਤੀ ਜਾਵੇ ਅਤੇ ਮਾੜਾ ਗਾਉਣ ਵਾਲੇ ਕਲਾਕਾਰਾਂ ਨੂੰ ਤਾੜਨਾ ਕੀਤੀ ਜਾਵੇ ਕਿ ਤੁਸੀਂ ਮੁੱਖ ਧਾਰਾ ਦੇ ਵਿੱਚ ਆਓ, ਗਾਇਕੀ ਦੇ ਨਾਂ ਉੱਤੇ ਮਨ ਆਈਆਂ ਨਾ ਕਰੋ। ਪਰ ਦੁੱਖ ਦੀ ਗੱਲ ਹੈ ਕਿ ਅੱਜ ਤੱਕ ਇਹਨਾਂ ਸਾਰੀਆਂ ਗੱਲਾਂ ਦੇ ਵਿੱਚੋਂ ਕੋਈ ਵੀ ਗੱਲ ਨਹੀਂ ਹੋਈ, ਜਿਸ ਕਰਕੇ ਮਾੜਾ ਗਾਉਣ ਵਾਲੇ ਕਲਾਕਾਰਾਂ ਦੇ ਹੌਸਲੇ ਲਗਾਤਾਰ ਬੁਲੰਦ ਹੁੰਦੇ ਜਾ ਰਹੇ ਨੇ। ਖਬਰਾਂ ਕੁਝ ਹੋਰ ਵੀ ਨੇ, ਪਰ ਵਕਤ ਦੀ ਘਾਟ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਅਗਲੇ ਹਫ਼ਤੇ ਮਨੋਰੰਜਕ ਦੁਨੀਆ ਪ੍ਰੋਗਰਾਮ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਸਵਰਨ ਸਿੰਘ ਟੈਣਾ ਨੂੰ ਆਗਿਆ ਦਿਓ। ਤੁਹਾਡੀ ਬਹੁਤ ਬਹੁਤ ਮਿਹਰਬਾਨੀ।